काली दल की अगुवाई की तुसी ते शौकी अकाली दल तो अस्तीफा देते हैं भी काफ़ी चिर हो गया है। देखो सियासी बंदे को किसी ना किसी पार्टी का पता पड़ना ही पड़ना है, अगर जो ना किसी पार्टी का पता पड़ेंगे सियासी जीवन के बड़िया दिक्कत हो सारे लाइक करने वास्ते तो सारे बुलाया क्योंकि तो सारे ने हमेशा शौकी अकाली दल में रहने तो वैसे ही सिंह साहब के नाम सारे सारे परिवार खड़े है तो चंगी गल होती है कि आप सलाह मशवरा करके किसी पास भी जाने का फैसला किया जाए ताकि साफ संगत का फैसला मनिया जाता तो सिंह साहब ने थोड़ी अपनी सारे की सलाह लैन वास्ते फैसला किया है जाने के सियासी भविख वास्ते जेड़े पास आने वाले वास्त कौन सौ आने वाले समय की सेवा इन्होंने करनी है पहला भी की है ईमानदारी ने की है तो सानू अपील है कि आने वाला समा भी जो है वो सेवा कि मेरे काम करने की शैली पहला भी देखी है
ਬਾਦ ਸਾਹਿਬ ਸਾਡੇ ਬਜ਼ੁਰਗ ਹੈ, ਅਸੀਂ ਹਮੇਸ਼ਾ ਉਹਨਾਂ ਦਾ ਸਤਿਕਾਰ ਕੀਤਾ। ਜੇ ਉਹਨਾਂ ਨੇ ਕੀਤਾ ਤਾਂ ਉਹਨਾਂ ਨੇ ਵੀ ਆਪਦੀ ਫੈਮਿਲੀ ਨੂੰ ਵੀ ਕੀਤਾ। ਜੇ ਅਸੀਂ ਜਿਹੜਾ ਸਾਹਿਬ ਲੈ ਲਓ, ਇਹਦੇ ਪਾਸੇ ਦਿਹਾਤ ਲੈ ਲਓ, ਯੂਪੀ ਲੈ ਲਓ, ਉਹਨਾਂ ਹੀ ਕਹਿੰਦੇ ਹੈ, ਤਾਂ ਉੱਥੇ ਕੋਈ ਆਮ ਲੋਕਾਂ ਵਾਸਤੇ ਜਾਂ ਜਿਹੜੀ ਪਬਲਿਕ ਹੈ ਉਹਨਾਂ ਵਾਸਤੇ ਕੋਈ ਸਕੋਪ ਹੈ? ਇਸ ਵਾਸਤੇ ਅਸੀਂ ਸਿੰਘਾਂ ਫਿਲਮ ਲੈ ਕੇ ਕਹਿੰਦੇ ਹਾਂ ਕਿ ਜਿਹੜਾ ਇਸ ਜੈਤ ਕਰਦਾ ਹੈ ਬਹੁਤ ਵਧੀਆ ਰਹਿੰਦਾ ਹੈ। ਟਾਈਮ ਦੀ ਲੋੜ ਸੀ, ਖਾਸ ਕਰਕੇ ਤੁਹਾਡੇ ਟਾਈਮ ਲੋਕ ਜਿਨ੍ਹਾਂ ਨੇ ਮਿਹਨਤ ਨਾਲ ਜੇਸ ਚੁਕਾਉਂਦੇ ਤਾਂ ਇਲੈਕਸ਼ਨ ਤੋਂ ਪਹਿਲਾਂ ਵੀ ਪਾਰਟ ਬਣ ਸਕਦੇ ਸੀ। ਜੇ ਤੁਸੀਂ ਚਾਹੁੰਦੇ ਤਾਂ ਅਕਾਲੀ ਦਲ ਦੇ ਇਲੈਕਸ਼ਨ ਨੂੰ ਪਤਾ ਸੀ ਕਿ ਪਹਿਲਾਂ ਵੀ ਬਣ ਸਕਦੇ, ਲੇਕਿਨ ਜੇ ਤੁਸੀਂ ਆਪਣੀ ਜ਼ਮੀਰ ਦੀ ਪਰਵਾਹ ਕਰਦੇ ਹੋ, ਇੱਕ ਪਾਰਟੀ ਨੂੰ ਇਹ ਅਹਿਸਾਸ ਕਰਨ ਵਾਸਤੇ ਕਿ ਬਾਦ ਸਾਹਿਬ ਅਸੀਂ ਤੁਹਾਡੇ ਨਾਲ ਹੀ ਤੁਹਾਡੇ ਨਾਲ ਖੜੇ, ਤੁਹਾਡੇ ਹਾਰ ਜਿੱਤੇ ਚ ਨਾਲ, ਇਸ ਵਾਸਤੇ ਬਹੁਤ ਸਹੀ ਡਿਸੀਜ਼ਨ ਹੈ, ਤੁਹਾਡੇ ਨਾਲ ਹੈ, ਜਿੱਥੇ ਜ਼ਰੂਰਤ ਪਵੇ ਆਵਾਜ਼ ਦੇਣਾ ਪਵੇਗਾ। ਜਵਾਬ ਸਾਨੂੰ ਅੱਗੇ ਵੱਧ ਕੇ ਦੇਣਾ ਚਾਹੀਦਾ, ਨਾ ਕਿ ਪਿੱਛੇ ਹਟ ਕੇ।